ਹਾਂਜੀ DSP ਸਾਹਿਬ, ਅੱਜ ਥਾਣਾ ਘੁਮਾਣ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲਾ ਗਰੋਹ ਕਾਬੂ ਕੀਤਾ, ਉਹਦੇ 'ਚ ਕਿੱਥੋਂ ਕਿੱਥੋਂ ਦੇ ਬੰਦੇ ਨੇ ਸ਼ਾਮਿਲ ਜਿਹੜੇ ਅਤੇ ਕਿੰਨੇ ਲੋਕ ਕਾਬੂ ਕੀਤੇ ਗਏ? ਮਾਝੋ SSP ਪਟਾਲਾ, ਸੁਹੇਲ ਮੀਰ ਦੀ IPS, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ 'ਤੇ ਜਿਹੜਾ ਨਸ਼ਿਆਂ ਨੂੰ ਅਤੇ ਜਿਵੇਂ ਲੁੱਟਾਂ ਖੋਹਾਂ ਨੂੰ ਠੱਲ ਪਾਉਣ ਲਈ ਇੱਕ ਮੁਹਿੰਮ ਬੰਨ੍ਹੀ ਹੋਈ ਆ। ਇਸੇ ਤਰ੍ਹਾਂ 19 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ, ਇੱਕ ਟੀਚਰ ਆਪਣੇ ਮੋਪੜ 'ਤੇ ਜਾ ਰਹੀ ਸੀ ਅਤੇ ਉਹਦੀ ਉਹਨੂੰ ਘੇਰ ਕੇ ਉਹਦੇ ਜਿਹੜਾ ਆਪਣਾ ਸਨੈਚਰਾਂ ਨੇ ਉਹਨਾਂ ਦੇ ਕੋਲੋਂ ਉਹਦੀਆਂ ਬਾਲੀਆਂ ਖੋਲ੍ਹੀਆਂ ਸੀ। ਅਤੇ ਉਹਦੇ ਸੰਬੰਧ ਵਿੱਚ ਜਿਹੜਾ ਆਪਣੇ SHO ਘੁਮਾਣ ਹਰਮੀਤ ਨੇ ਬਹੁਤ ਮਿਹਨਤ ਕੀਤੀ ਆ, ਅਤੇ ਉਹਨੇ ਮਿਹਨਤ ਕਰਕੇ ਜਿਹੜਾ ਇਹਨਾਂ ਦੋਨਾਂ ਸਨੈਚਰਾਂ ਨੂੰ ਕਾਬੂ ਕਰ ਲਿਆ। ਇਹਨਾਂ ਸਨੈਚਰਾਂ ਦੇ ਕੋਲੋਂ ਰਿਕਵਰੀ ਵੀ ਕਰ ਲਈ ਹੈ। ਸਨੈਚਰ ਹੈ ਗੁਰਸੇਵਕ ਸਿੰਘ ਅਤੇ ਇੱਕ ਜਸਪਾਲ ਸਿੰਘ ਬੀੜਾ ਵਜੋਂ ਦਿਨ, ਅਤੇ ਇਹਨਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਈਆਂ, ਇਹਨਾਂ ਸੰਬੰਧ ਵਿੱਚ ਇਹਨਾਂ ਨੂੰ ਪੁੱਛਗਿੱਛ ਕਰ ਰਹੇ ਹਨ। ਅਤੇ ਇਸੇ ਤਰ੍ਹਾਂ ਆਪਣਾ ਇਹਨਾਂ ਦੀ ਜੋ ਵੀ ਪੁੱਛਗਿੱਛ ਸਾਹਮਣੇ ਆਵੇਗਾ ਉਸਨੂੰ ਸਰਬਣਦੀ ਕਰਵਾਈ ਕੀਤੀ। ਸਰ, ਇਹਨਾਂ ਕੋਲ ਕੀ ਰਿਕਵਰ ਹੋ ਗਿਆ ਅਤੇ ਇਹਨਾਂ ਦੀ ਰਿਮਾਂਡ ਵੀ ਲੈ ਜਾਊਗਾ? ਇਹਨਾਂ ਦਾ ਰਿਮਾਂਡ ਲਿਆ ਹੋਇਆ, ਇਹਨਾਂ ਕੋਲ ਜਿਹੜੀ ਇਹਦੀ ਬਾਲੀਆਂ ਸੀ ਉਹ ਰਿਕਵਰ ਕੀਤੀਆਂ ਆਪਾਂ ਨੇ, ਬਾਕੀ ਉਹਦੀ ਪੁੱਛਗਿੱਛ ਹਾਲੇ ਚੱਲ ਰਹੀ ਹੈ। ਹੋਰ ਕੋਈ ਸਰ ਇਹਨਾਂ ਕੋਲ ਹਥਿਆਰ ਵਗੈਰਾ ਬਰਾਮਦ ਕੀਤਾ ਜੀ? ਨਹੀਂ, ਉਹਦੇ ਸੰਬੰਧ ਵਿੱਚ ਸਾਡੀ ਪੁੱਛਗਿੱਛ ਚੱਲ ਰਹੀ ਹੈ। ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਜਿਹੜਾ ਆਪਣਾ ਲੁੱਟਾਂ ਖੋਹ ਦੇ ਖਰਚੇ ਦਰਜ ਆ, ਅਤੇ ਹੁਣ ਵੀ ਜਿਹੜਾ ਹੋਰ ਉਹਨਾਂ ਨੇ ਕਿੱਥੇ ਵਾਰਦਾਤ ਕੀਤੀ ਉਹਦੇ ਸਾਰ ਪਤਾ ਕਰਾਇਆ ਜਾਵੇਗਾ। ਅਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਨਤਾ ਨੂੰ ਬੇਨਤੀ ਕਰਾਂਗਾ ਕਿ ਆਪਣਾ ਨਸ਼ਾ ਵੇਚਣ ਵਾਲੇ ਦੇ ਖਿਲਾਫ਼ ਅਤੇ ਇਸ ਤਰ੍ਹਾਂ ਦੇ ਜਿਹੜਾ ਇਹ ਬੈਡ ਅਨਸਰ ਹੈ ਉਹਨਾਂ ਦੇ ਖਿਲਾਫ਼ ਜੀ ਕਾਰਵਾਈ ਕਰਨੀ ਹੈ, ਸਾਡਾ ਸਾਥ ਦਿੱਤਾ ਜਾਵੇ। ਥੈਂਕ ਯੂ।